ਅਤੇ ਉਹਦੇ ਵਿੱਚ ਜਿੱਥੇ ਕਿਤੇ ਕੋਈ ਗ੍ਰੇਵੈਂਸਿਸ ਲੱਗੀਆਂ ਨੇ, ਸ਼ਿਕਾਇਤਾਂ ਲੋਕਾਂ ਦੀਆਂ ਸਾਨੂੰ ਡਾਇਰੈਕਟ ਵੀ ਮਿਲਦੀਆਂ ਨੇ, ਅਤੇ ਉਹ ਵੀ ਅਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਂਦੀਆਂ ਨੇ, ਅਤੇ ਅੱਜ ਇਹ ਜਿਹੜੀ ਮੀਟਿੰਗ ਹੈ ਉਹ ਸਾਰੇ ਅਫਸਰਾਂ ਨਾਲ ਕਰਨਾ। ਦੇਖੋ ਜੀ, ਇਹਦੇ ਵਿੱਚੋਂ ਸਭ ਤੋਂ ਪਹਿਲੇ ਬਰਨਾਲੇ ਨੂੰ ਜੋੜਨ ਵਾਲੀਆਂ 3 ਸੜਕਾਂ ਨੇ ਜਿਹੜੀਆਂ ਟੋਲ ਤੋਂ ਬਿਨਾਂ ਨੇ, ਜਿਹਦੇ ਵਿੱਚ ਇੱਕ ਮਲੇਕੋਲੇ ਨੂੰ ਜਾਂਦੀ ਹੈ ਬਾਇਆ ਮੁਬਾਰਕਪੁਰ ਨੌਤਰਾਣੀ ਸ਼ੇਰਪੁਰ ਘਨੌਰੀ ਤੋਂ ਮੁੜਦੀ ਹੈ ਜਿਹੜੀ, ਦੂਜੀ ਧੂਰੀ ਤੋਂ ਕੱਕੜਾਲ ਵਿੱਚ ਦੀ ਸੰਘੇੜਾ ਆਉਂਦੀ ਹੈ, ਤੀਜੀ ਲੱਡੇ ਨੂੰ ਜਾਂਦੀ ਹੈ, ਔਰ ਇੱਕ ਹੋਰ ਹੈ ਚੌਥੀ ਜਿਹੜੀ ਸ਼ੇਰਪੁਰ ਤੋਂ ਜੇ ਆਪਾਂ ਮੁੜਦੇ ਹਾਂ ਧੂਰੀ ਨੂੰ, ਉਹ ਜਹਾਂਗੀਰ ਵਾਲਾ ਜਿਹੜਾ ਪੁਲ ਹੈ ਉਹਦੇ ਕਰਕੇ। ਸੋ ਆਲਮੋਸਟ ਬਰਨਾਲਾ ਜਿਹੜਾ ਉਹ ਸੰਗਰੂਰ ਤੋਂ ਧੂਰੀ ਤੋਂ ਅਤੇ ਮਲੇਰਕੋਟਲੇ ਤੋਂ ਕੱਟਿਆ ਹੋਇਆ, ਸਿਰਫ ਇੱਕ ਟੋਲ ਵਾਲੀ ਰੋਡ ਹੈ ਜਿਹੜੀ ਚੱਲਦੀ ਹੈ। ਸੋ ਮੈਂ ਪ੍ਰਸ਼ਾਸਨ ਨੂੰ ਇਹ ਧਿਆਨ 'ਚ ਲਿਆਂਦਾ ਕਿ ਉਹ ਸੜਕਾਂ ਜਿਹੜੀਆਂ ਬਰਨਾਲੇ ਨੂੰ ਸ਼ਾਰਟਕੱਟ ਨੇ, ਜਿਨ੍ਹਾਂ ਨੇ ਇੱਥੋਂ ਲੱਡੇ ਜਾਣਾ, ਧੂਰੀ ਜਾਣਾ, ਮਲੇਕੋਟਲੇ ਜਾਣਾ, ਉਹ ਜਿਹੜੀਆਂ ਸੜਕਾਂ ਨੇ ਚਾਰੇ ਜਿਹੜੀਆਂ ਉਹ ਟੁੱਟੀਆਂ ਹੋਈਆਂ ਨੇ, ਬਹੁਤ ਜ਼ਿਆਦਾ ਟੁੱਟੀਆਂ ਹੋਈਆਂ, ਅਤੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਉਹ ਸੜਕਾਂ ਜਿਹੜੀਆਂ ਜਲਦੀ ਜਿਹੜੀਆਂ ਬਣ ਕੇ ਤਿਆਰ। ਨਵੀਆਂ ਸੜਕਾਂ ਦੀ ਰਿਕਮੈਂਡੇਸ਼ਨ ਅਸੀਂ ADC ਸਾਹਿਬ ਨੂੰ ਕਿਹਾ ਕਿ ਉਹ ਬਣਾ ਕੇ ਦੇਣ, ਕੁਛ ਅਸੀਂ ਵੀ ਦਿੱਤੀਆਂ ਨੇ, ਜਿਵੇਂ ਜੇ ਟੱਲੇਆਲ ਤੋਂ ਬਾਇਆ ਭੋਤ ਜਾਂ ਭੋਤਨੇ ਤੋਂ ਚੰਨਣਾਲ ਤੱਕ ਹੋ ਜੇ, ਤਾਂ ਭੋਤਨੇ ਤੋਂ ਚੰਨਣਾਲ ਤੋਂ ਅੱਗੇ ਹੈਗੀ ਹੈ ਤਾਂ 30 ਕਿਲੋਮੀਟਰ ਲੁਧਿਆਣੇ ਦਾ ਸਫ਼ਰ ਉਸ ਏਰੀਏ ਦਾ ਘੱਟ ਜਾਂਦਾ। ਸੋ 1-2 ਸੜਕਾਂ ਅਸੀਂ ਵੀ ਰਿਕਮੈਂਡ ਕੀਤੀਆਂ ਨੇ, ਅਤੇ ਬਾਕੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇ ਕੋਈ ਪ੍ਰਧਾਨ ਮੰਤਰੀ ਯੋਜਨਾ ਦੇ ਅੰਡਰ ਕੋਈ ਸੜਕ ਰਿਕਮੈਂਡ ਕਰਨੀ ਪੈਂਦੀ ਹੈ ਤਾਂ ਬਤੌਰ ਮੈਂਬਰ ਪਾਰਲੀਮੈਂਟ ਮੈਂ ਕਰੂੰਗਾ। ਦੇਖੋ, ਜਿਹੜੀ ਕਿਸਾਨੀ ਦੀ ਸਮੱਸਿਆ ਉਹ ਇਕੱਲੇ ਪੰਜਾਬ ਦੀ ਨਹੀਂ ਤਾਂ ਹੁਣ ਪੂਰੇ ਦੇਸ਼ ਦੀ ਸਮੱਸਿਆ, ਇਹ ਨੈਸ਼ਨਲ ਕ੍ਰਾਈਸਿਸ ਹੋ ਗਿਆ। ਹੁਣ ਤਾਮਿਲਨਾਡੂ ਤੋਂ ਲੈ ਕੇ ਬਿਹਾਰ, ਮਹਾਰਾਸ਼ਟਰਾ, ਉਹ ਜੰਤਰ ਮੰਤਰ 'ਤੇ ਬੈਠੇ ਨੇ, ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਹਾਲਾਂਕਿ ਖੇਤੀ ਪ੍ਰਧਾਨ ਸੂਬਾ ਹੈ। ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀਆਂ ਸਰਕਾਰਾਂ ਦੀਆਂ ਵਾਅਦਿਆਂ 'ਚ ਜਾਂ ਸਰਕਾਰਾਂ ਦੀਆਂ ਪੋਲਿਸੀਆਂ 'ਚ ਹੈਗੀਆਂ ਨੇ, ਇੰਪਲੀਮੈਂਟ ਨਹੀਂ ਹੋ ਪਾਈਆਂ। ਸੋ ਅਸੀਂ ਤਾਂ ਇਸ ਕੰਮ 'ਚ ਇਹ ਕਹਾਂਗੇ ਕਿ ਜਿਹੜਾ ਅੰਨਦਾਤਾ ਹੈ, ਜੇ ਉਹੀ ਭੁੱਖਾ ਸੌਂ ਰਿਹਾ ਜਿਹੜਾ ਦੂਜੇ ਦਾ ਪੇਟ, ਤਾਂ ਸਾਡੇ ਲਈ ਸਾਰਿਆਂ ਲਈ ਸ਼ਰਮਨਾਕ ਹੈ। ਦੇਖੋ ਜੀ, ਇਹ ਸਿਲਸਿਲਾ ਪਹਿਲਾਂ ਤੋਂ ਚੱਲ ਰਿਹਾ, ਉਹੀ 1.5 ਮਹੀਨਾ ਪੰਜਾਬ ਦੇ ਵਿੱਚੋਂ ਮੁਰਦਾਬਾਦ ਦੇ ਨਾਅਰੇ ਬੰਦ ਹੋਏ ਸੀ, ਇਸ ਉਮੀਦ ਨਾਲ ਕਿ ਸ਼ਾਇਦ ਸਾਡੇ ਕਰਜ਼ੇ ਮਾਫ਼ ਹੋ ਜਾਣਗੇ, ਘਰ ਘਰ ਨੌਕਰੀ ਮਿਲ ਜੂ, ਬਕਾਇਦਾ ਬਕਾਇਦਾ, ਪਰ ਵਾਅਦਾ ਖਿਲਾਫੀਆਂ ਜਾਂ ਉਮੀਦਾਂ ਟੁੱਟ ਜਾਣ ਤੋਂ ਬਾਅਦ ਫਿਰ ਦੁਬਾਰਾ ਬੇਰੁਜ਼ਗਾਰ ਟੈਂਕੀਆਂ 'ਤੇ ਬੈਠੇ ਨੇ, ਭਾਰਤੀ ਕਿਸਾਨ ਯੂਨੀਅਨ ਜਿੰਨੀਆਂ ਵੀ ਨੇ ਉਹ ਵੀ ਬਾਹਰ ਆ ਗਈਆਂ, ਸਟੂਡੈਂਟਾਂ ਨੇ ਰੀਸੈਂਟਲੀ ਮਾਰਚ ਕੀਤਾ। ਆਮ ਆਦਮੀ ਪਾਰਟੀ ਬਤੌਰ ਵਿਰੋਧੀ ਧਿਰ ਆਪਣਾ ਫਰਜ਼ ਨਿਭਾ ਰਹੀ ਹੈ, ਅਸੀਂ ਕੋਸ਼ਿਸ਼ ਕਰਦੇ ਰਹਾਂਗੇ, ਚਾਹੇ ਵਿਧਾਨ ਸਭਾ 'ਚ, ਚਾਹੇ ਲੋਕ ਸਭਾ 'ਚ, ਚਾਹੇ ਸੜਕਾਂ 'ਤੇ, ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਅਸੀਂ ਲੋਕਾਂ ਦੇ ਹੱਕ ਦੇ ਵਿੱਚ ਇਸ ਮਾਮਲੇ 'ਚ। ਦੇਖੋ ਜੀ, ਇਲੈਕਸ਼ਨ ਹੈ, ਇਲੈਕਸ਼ਨ ਦੇ ਵਿੱਚ ਹਰੇਕ ਪਾਰਟੀ ਜਿੱਤ ਦੀ ਉਮੀਦ ਨਾਲ ਜਾਂਦੀ ਹੈ, ਸਾਡੀ ਪਾਰਟੀ ਪੋਲੀਟੀਕਲ ਪਾਰਟੀ ਹੈ, ਮੁੱਖ ਵਿਰੋਧੀ ਧਿਰ ਹੈ ਪੰਜਾਬ ਦੇ ਵਿੱਚ, ਅਤੇ ਅਸੀਂ ਵੀ ਜਿੱਤ ਦੀ ਉਮੀਦ ਨਾਲ ਜਾਵਾਂਗੇ, ਅਤੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਲੋਕਾਂ ਤੱਕ ਲੈ ਕੇ ਜਾਵਾਂਗੇ, ਜਿਹੜੇ ਸਰਕਾਰ ਦੇ ਵਾਅਦੇ ਕੀਤੇ ਜਾਂ ਜਿਹੜੇ ਫੇਲੀਅਰ ਹੋਏ ਨੇ ਉਹ ਸਾਰੇ ਲੋਕਾਂ ਤੱਕ ਲੈ ਕੇ। ਨਹੀਂ, ਵਿਰੋਧੀ ਧਿਰ ਨਹੀਂ ਕਰ ਰਹੀ, ਇਹ ਪੱਤਰਕਾਰ ਕਰ ਰਹੇ ਨੇ, ਮੈਂ ਤਾਂ ਆਪ ਅਖਬਾਰ 'ਚ ਪੜਿਆ ਸੀਗਾ, ਇਹ ਤੁਹਾਡੇ ਵੱਲੋਂ ਬਣਾ ਦਿੱਤੇ ਲਿਆ ਜਾਂਦਾ ਵੀ ਬਕੌਰੀ ਸੀਟ ਆ, ਐਂ ਹੋ ਜੂਗਾ, ਉੱਥੇ ਐਂ ਹੋ ਜੂਗਾ, ਕੁਛ ਨਹੀਂ ਜੀ, ਆਮ ਇਲੈਕਸ਼ਨਾਂ ਵਾਂਗੂ ਇਲੈਕਸ਼ਨ ਲੜਾਂਗੇ, ਆਪਦੇ ਵੱਲੋਂ ਬੈਸਟ ਐਫਰਟ ਕਰਾਂਗੇ, ਉਮੀਦਾਂ 'ਤੇ ਦੁਨੀਆ ਕਾਇਮ ਹੈ, ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ, ਲੋਕਤੰਤਰ ਦੇ ਵਿੱਚ ਮਾਲਕ ਜਿਹੜੇ ਨੇ ਉਹ ਲੋਕ ਹੁੰਦੇ ਨੇ। ਮੇਨ ਦੇਖੋ, ਗੁਰਦਾਸਪੁਰ ਇੱਕ ਐਸੀ ਸੀਟ ਹੈ ਜਿੱਥੇ ਸਾਰੇ ਪੰਜਾਬ ਦੇ ਮਸਲੇ ਇੱਕੋ ਕੰਸਟੀਚੁਐਂਸੀ 'ਚ ਨੇ, ਕਿ ਗੁਰਦਾਸਪੁਰ ਕੰਸਟੀਚੁਐਂਸੀ ਦੇ ਵਿੱਚ ਸਭ ਤੋਂ ਵੱਧ ਗੰਨਾ ਪੈਦਾ ਹੁੰਦਾ, ਗੰਨੇ ਦੇ ਕਿਸਾਨਾਂ ਦੇ ਬਹੁਤ ਵੱਡੇ ਵੱਡੇ ਬਕਾਏ ਪਏ ਨੇ ਗੰਨਾ ਮਿੱਲਾਂ ਵੱਲ। ਗੁਰਦਾਸਪੁਰ ਕੰਸਟੀਚੁਐਂਸੀ ਦੇ ਵਿੱਚ ਮਾਈਨਿੰਗ ਦੀ ਬਹੁਤ ਵੱਡੀ ਪ੍ਰੋਬਲਮ ਹੈ, ਪਠਾਨਕੋਟ ਵਗੈਰਾ, ਕਿਉਂਕਿ ਬਿਆਸ ਦਰਿਆ ਜਾਂਦਾ ਉੱਥੋਂ। ਗੁਰਦਾਸਪੁਰ ਦੇ ਵਿੱਚ ਡਰੱਗਸ ਦੀ ਪ੍ਰੋਬਲਮ ਹੈ, ਗੁਰਦਾਸਪੁਰ ਦੇ ਵਿੱਚ ਇੰਟਰਨੈਸ਼ਨਲ ਟੈਰਿਜ਼ਮ ਦੀ ਪ੍ਰੋਬਲਮ ਹੈ, 2 ਵਾਰ ਹਮਲਾ ਦੀਨਾਨਗਰ ਅਤੇ ਪਠਾਨਕੋਟ ਹੋ ਚੁੱਕਿਆ, ਗੁਰਦਾਸਪੁਰ ਦੇ ਵਿੱਚ ਇੰਡਸਟਰੀ ਦੀ ਪ੍ਰੋਬਲਮ ਹੈ, ਬਟਾਲਾ ਅਤੇ ਧਾਰੀਵਾਲ 2 ਇਹੋ ਜਿਹੇ ਸ਼ਹਿਰ ਨੇ ਜਿਹੜੇ ਇੰਡਸਟਰੀਅਲ ਸਿਟੀ ਕਹਾਏ ਜਾਂਦੇ ਸੀ, ਉੱਜੜ ਗਏ ਉਹ। ਗੁਰਦਾਸਪੁਰ ਦੇ ਵਿੱਚ ਮਿਨੋਰਟੀਜ਼ ਦੀ ਪ੍ਰੋਬਲਮ ਹੈ, ਸਭ ਤੋਂ ਵੱਧ ਈਸਾਈ ਭਾਈਚਾਰਾ ਉੱਥੇ ਰਹਿੰਦਾ, ਸਭ ਤੋਂ ਦਲਿਤਾਂ 'ਤੇ ਜਿਹੜੇ ਅੱਤਿਆਚਾਰ। ਸੋ ਗੁਰਦਾਸਪੁਰ ਦੇ ਵਿੱਚ ਪੰਜਾਬ ਵੱਸਦਾ, ਅਸੀਂ ਇਹ ਨਹੀਂ ਹੈ ਕਿ
कोई मुद्दा ऐसा बदल लिया, बदली तो ता जो कोई मुद्दा हल होया हो, उही वादा खिलाफियां ने बीजेपी ने कहा कि 15-15 लाख रुपया हरेक के खाते च आजूगा, स्वामीनाथन दी रिपोर्टा लागू करांगे वगैरह, कोई वादा नहीं पूरा होया। इस तरह पंजाब सरकार सा एक बार होया एग्रीकल्चर एमरजेंसी कह लो तुसीं कि उत्थे सोका पै गया सीगा, तां उत्थे गौरमेंट ने बैंकां नाल गल कर ली ते सारे जिहड़े भी अदारे सी उन्होंने कहता सी कि 1 साल लई लोन की जिहड़ी रिकवरी नहीं होगी, करजे की रिकवरी नहीं होगी, जो इंट्रस्ट होगा वह गौरमेंट पे करेगी। सो इस वक्त पंजाब दे विच एग्रीकल्चर एमरजेंसी वाले हालात ने, क्योंकि हर रोज 4-5 दिन फोटोआं तां किसानां दीआं अखबार च छपदीआं ने। मालवा ज़्यादा अफेक्टेड है, खास तौर पर बरनाला, संगरूर, मानसा, बठिंडा, ज़्यादातर जिहड़े किसान इत्थों ने खुदकुशी कर रहे हैं। सो एक अंकड़े लुको के जां कॉज ऑफ डैथ स्नेक बाइटिंग, सप्प लड़ना मर गया, जां घरेलू तनाव रहिंदा सी, मानसिक परेशानी, इदां करके वो जिवें सियाणे कहिंदे आ कि कबूतर दे अखां मीचड़ना बिल्ली नहीं पाईदी। कैंसर ते आयोडैक्स लाउण नाल कैंसर दा इलाज नहीं होना, इहदे वास्ते कीमोथैरेपी इलाज होगा। सो इहनूं बहुत ही सीरीयसली खेती माहरां नूं बिठा के इहदे ते विचार करना चाहिए। मैं पार्लीमेंट च बहुत बारी मामला उठाया कि जिस वेले पूरा कंट्री जिहड़ा उहनूं अनाज की लोड़ सी, बाहरों कणक इंपोर्ट करते सी, तां पंजाब दे किसान ने ग्रीन रेवोल्यूशन राहीं उस भंडार भरते, अनाज भंडार भरते, जिस वेले देश नूं लोड़ सी पंजाब दा किसान ने मेहनत की, दिन रात एक की, मिट्टी च सोना गाया। इस वक्त पंजाब के किसान से क्राइसिस है, तो पूरे मुल्क नू इस मामले पंजाब के किसान के नाल खड़ना चाहिए। घर घर नौकरी का प्रोग्राम सी, वो फेल है, एक परिवार को नौकरी मिली है अज तक तरस के आधार पर, वो है सबका मुख्यमंत्री बेंत सिंह का परिवार, तरस के आधार पर, मतलब उस परिवार के तरस करना मेरे ख्याल बनता भी है, क्योंकि एक मुख्यमंत्री उत्थे, एक दो बार का MP है उस परिवार, एक दो बार का MLA है, भूआ गुरकमल कौर मंत्री है सबका, तो तेज प्रकाश जी मंत्री है, एक ही रहा बेरोज़गार, उदू तरस के आधार पर नौकरी देती। लगभग 55 लाख नौजवान बेरोज़गार ने, 54,99,999 जो टैंकियों तो थले उतरे शहर, शायद पंजाब सरकार उदों उन्होंने बारे सोचूगी। करजा माफ़ी की गल थोड़े सामने, तुम्हें कलम राही हज़ार बारी तुम छापते रहने कि किमें की हालात ने, वो जो करजा वो किनिया कलोजस पा दी गई ने कि फसली करजा होगा 5 किलों तो थले वाले माफ़ होगा, तो जी प्राइवेट कॉलेजों के प्लेसमेंट पिछले 15-20 साल तो चलती है, कंपनियां आदि ने प्लेसमेंट कर दें, उन्होंने किमें सरकारी रंग दिता जा रहा है, ये भी थोड़े सामने। सो ये मैनू नहीं लगता 6 महीनों के कैप्टन साहब 6 बार भी पंजाब नहीं आए, मतलब 1 महीने च एक बार की भी एवरेज नहीं दे रहे मुख्यमंत्री साहब। पंजाब का इस वक्त खेतीबाड़ी मंत्री कौन है? ये पहली बार होया होगा शायद इंडिया की डेमोक्रेसी च कि 6 महीने हो गए कैबिनेट पूरी नहीं हुई। पंजाब का खेड मंत्री कौन है इस वक्त? एक्साइज मिनिस्टर कौन है? सारे डिपार्टमेंट अपने को रख रखे ने, आप गैर हाजिर ने। 70-80% पंजाब सरकार बाबूज द्वारा चलाई जा रही है, ब्यूरोक्रेसी चला रही है।